ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ। ਅਤੇ ਅੱਜ ਜਿਹੜਾ ਅਸੀਂ ਰਿਐਕਸ਼ਨ ਕਰਨ ਜਾ ਰਹੇ ਹਾਂ ਉਹ ਸ਼ਬਦ ਦੇ ਉੱਪਰ। ਅਤੇ ਕਾਫੀ ਦਿਨਾਂ ਤੋਂ ਇੱਕ ਸਾਡੇ ਵੀਰ ਸਾਨੂੰ ਸੁਜੈਸਟ ਕਰ ਰਹੇ ਸੀਗੇ ਸ਼ਬਦ ਜਿਹੜਾ ਬੱਬੂ ਮਾਨ ਜੀ ਨੇ ਗਾਇਆ ਹੋਇਆ ਹੈ, ਬਾਬਾ ਫਰੀਦ ਜੀ ਦਾ ਲਿਖਿਆ ਹੋਇਆ ਸ਼ਬਦ ਹੈ, ਇਹ ਦੋ ਨੈਣਾ ਮਤ ਛੂਹੋ। ਚਲੋ ਸੁਣਦੇ ਹਾਂ। मत छूहो फिर देखन की आस, ये दो नैना मत छूहो फिर देखन की आस। गागा करंग टंडोले गागा करंग टंडोले सगला खाया मास, ए दोए नैना मत छूहो फिर देखन की आस, ए दोए नैना दातन सुका पिंजर धिया तलिया खूंडे काग, फरीदातन सुका पिंजर धिया तलिया खूंडे काग, अजय सूरब ना बौड़े अजय सूरब ना बौड़े बंदे के पाग, ए दोए नैना मत छूहो फिर देखन की आस, ए दोए नैना हो मत छूहो फिर देखन की आस, फिर बालन हड ना बा सिर पैरी क्या फड़े आवे अंदर पिरी नेहा, हाउ टू डेंदी
अलख ना लखिए गुरमुख दे देखा नानक अलख ना लखिए गुरमुख दे देखा फरीदा हो बलिहारी तिन पंखियां जंगल जिन्नावास फरीदा हो बलिहारी तिन पंखियां जंगल जिन्नावास अक्कर चुगन थल वसन अक्कर चुगन थल वसन रब ना छो पास ए दोए नैना मत छुओ फिर देखन की आस ए दोए नैना मत छुओ फिर देखन की आस ए दोए मत छुओ फिर देखन की आस ए दोए नैना मत छुओ फिर देखन की आस ए दोए नैना मत छुओ फिर देखन की आस ए दोए नैना मत छुओ फिर देखन की आस कहिंदे पे कि कावां नूं कि तुसी मेरे नैना नूं अक्खां नूं तुसी ना छुओ भावें सारा मेरा मांस खा लो पर अक्खां छड्ड दिओ क्योंकि मैं इन्हां अक्खां दे नाल परमात्मा दे दर्शन करने आ और इहदे जिहड़े ये जी बनाई गई है साड़ी स्टोरी जी सू मतलब आम नॉर्मल जी दसी जाती है पर एक्चुअल जोड़ा आ वो मेरे हिसाब के नाल जो जो जिस तरीके क्योंकि गुरबाणी जी कभी भी शरीर के उत्ते शरीर के संदर्भ के गल नहीं करती गुरबाणी हमेशा जी मन के संदर्भ न गल करती है तो इतने जोड़ा आ वह कां कहा गया आ साड़िया जीडिया ख्वाहिशा अंदर दियाँ है ना साडा जोड़ा जोड़ा आपा आ है ना जो जो असी ਤ੍ਰਿਸ਼ਨਾ ਜਿਹੜੀ ਹੁੰਦੀ ਆ ਹੈ ਨਾ ਉਹਨਾਂ ਨੂੰ ਕਾਂ ਦਾ ਰੂਪ ਕਿਹਾ ਗਿਆ ਆ ਕਿ ਉਹਨਾਂ ਨੂੰ ਕਿਹਾ ਆ ਕਿ ਤੂੰ ਭਾਵੇਂ ਮਤਲਬ ਮੇਰਾ ਸਾਰਾ ਸਰੀਰ ਜਿਹੜਾ ਤੂੰ ਨੋਚ ਨੋਚ ਕੇ ਖਾ ਲਾ ਪਰ ਅੱਖਾਂ ਜਿਹੜੀਆਂ ਨਾ ਅੱਖਾਂ ਦਾ ਮਤਲਬ ਇਹ ਵਾਲੀਆਂ ਅੱਖਾਂ ਨੇ ਅੱਖਾਂ ਦਾ ਮਤਲਬ ਉਹ ਅੱਖਾਂ ਜਿਹਦੇ ਨਾਲ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ ਉਹ ਸੁਰਤ ਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਨੂੰ ਤੂੰ ਕੁਛ ਨਾ ਕਰੀ ਕਿਉਂਕਿ ਜੇ ਸਰੀਰ ਸਾਰਾ ਭਾਵੇਂ ਤੁਹਾਡਾ ਜਿਹੜਾ ਆ ਉਹ ਜਿਹੜਾ ਆਮ ਜਿਹੜੇ ਦੁਨਿਆਵੀ ਕੰਮਾਂ ਦੇ ਵਿੱਚ ਹੈ ਨਾ ਗਲਤਾਨ ਰਹੇ ਪਰ ਤੁਹਾਡੀ ਜਿਹੜੀ ਮਤ ਆ ਨਾ ਉਹ ਹਮੇਸ਼ਾ ਜਿਹੜੀ ਆ ਉਹ ਪਰਮਾਤਮਾ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ ਨਾ ਉਹਨੂੰ ਸੱਚ ਕਹਿ ਸਕਦੇ ਹਾਂ ਉਹਨੂੰ ਸਹੀ ਕਹਿ ਸਕਦੇ ਹਾਂ ਉਹ ਉਸ ਚੀਜ਼ ਨੂੰ ਉਹ ਪਛਾਣਦੀ ਹਰ ਟਾਈਮ ਉਹਨੂੰ ਦੇਖਦੀ ਆ ਹੈ ਨਾ ਉਸ ਪਰਮਾਤਮਾ ਨੂੰ ਜਿਹੜੀ ਆ ਉਹ ਦੇਖਦੀ ਆ ਕਿ ਉਹ ਇਹਦੇ ਸਾਰੇ ਸ਼ਬਦ ਦੇ ਵਿੱਚ ਜਿਹੜਾ ਆ ਉਹ ਜਿਹੜਾ ਇਹਦਾ ਭਾਵ ਅਰਥ ਜਦੋਂ ਆਪਾਂ ਲੈਂਦੇ ਹਾਂ ਅਤੇ ਉਹ ਭਾਵ ਅਰਥ ਜਿਹੜਾ ਉਹ ਇਹੀ ਨਿਕਲਦਾ ਆ ਕਿ ਉਹਨਾਂ ਨੇ ਕਿਹਾ ਕਿ ਮੇਰੀ ਮਤ ਜਿਹੜੀ ਹੈ ਨਾ ਮੇਰੀਆਂ ਅੱਖਾਂ ਜਿਹੜੀ ਮੇਰੀ ਮਤ ਦੀਆਂ ਅੱਖਾਂ ਨੇ ਉਹਨਾਂ ਨੂੰ ਤੂੰ ਕੁਛ ਨਾ ਕਰ ਉਹ ਮੇਰੇ ਉੱਧਰ ਰਹਿਣ ਦੇ ਕਿਉਂਕਿ ਜੇ ਦਿਮਾਗ ਤੁਹਾਡਾ ਜਿਹੜਾ ਤੁਹਾਡੀ ਸੁਰਤ ਆ ਨਾ ਉਹ ਤੁਹਾਡੀ ਪਰਮਾਤਮਾ ਨੂੰ ਅਸਲ 'ਚ ਜਿਹੜਾ ਪਰਮਾਤਮਾ ਨੂੰ ਉਹ ਦੇਖਦੀ ਰਹੂਗੀ ਅਤੇ ਤੁਹਾਡੇ ਸਰੀਰ ਦੇ ਵਿੱਚ ਨੂੰ ਕੋਈ ਵੀ ਕਸ਼ਟ ਆ ਜੇ ਤੁਹਾਨੂੰ ਉਹਦੇ ਉਹਦਾ ਮਹਿਸੂਸ ਨਹੀਂ ਹੋਊਗਾ ਹੈ ਨਾ ਤੁਸੀਂ ਉਸ ਚੀਜ਼ ਨੂੰ ਜਰ ਜਾਓਗੇ ਪਰ ਜੇ ਤੁਹਾਡੀ ਸੁਰਤੀ ਟਿਕਾਣੇ ਨਹੀਂ ਹੈਗੀ ਤਾਂ ਫਿਰ ਉੱਥੇ ਉਹ ਮਤਲਬ ਇਨਸਾਨ ਜਿਹੜਾ ਆ ਉਹ ਮਰੇ ਬਰਾਬਰ ਹੀ ਜਿੰਦਾ ਇਨਸਾਨ ਜਿਹੜਾ ਜਿੰਦਾ ਲਾਸ਼ ਹੀ ਜਿਹੜਾ ਉਹ ਮੰਨਿਆ ਜਾ ਸਕਦਾ ਅਤੇ ਉਹ ਇਹਦੇ ਵਿੱਚ ਜਿਹੜਾ ਇੱਕ ਪਹਿਰਾ ਜਿਹੜਾ ਸ਼ਬਦ ਆਇਆ ਸੀਗਾ ਕਿ ਤਨ ਸੁੱਕਾ ਪਿੰਜਰ ਪਿਆ ਉਹਦੇ ਵਿੱਚ ਉਹ ਉਹਦੇ ਵਿੱਚ ਉਹਨਾਂ ਨੇ ਵੀ ਉਸ ਚੀਜ਼ ਬਾਰੇ ਦੱਸਿਆ ਕਿ ਜਿਹੜਾ ਜਿਹੜਾ ਸਰੀਰ ਰੂਪੀ ਜਿਹੜਾ ਮੇਰਾ ਮਨ ਆ ਨਾ ਉਹ ਇਸ ਟਾਈਮ 'ਤੇ ਇੰਨਾ ਪਿੰਜਰ ਹੋ ਚੁੱਕਿਆ ਉਹ ਹੋਰ ਕੰਮਾਂ ਦੇ ਵਿੱਚ ਪੈ ਕੇ ਹੈ ਨਾ ਅਸੀਂ ਆਮ ਜਿਹੜੇ ਵੀ ਗਲਤ ਕੰਮ ਕਹਿ ਸਕਦੇ ਹਾਂ ਆਪਾਂ ਜਿੱਦਾਂ ਦੁਨਿਆਵੀ ਕੰਮ ਜਿਹਨੂੰ ਕਹਿ ਦਿੰਦੇ ਆ ਦੁਨਿਆਵੀ ਵੈਸੇ ਜ਼ਰੂਰੀ ਵੀ ਹੁੰਦੇ ਨੇ ਪਰ ਕਈ ਬਹੁਤ ਜ਼ਿਆਦਾ ਗਲਤਾਨ ਹੋ ਜਾਂਦੇ ਨੇ ਉਹਦੇ ਵਿੱਚ ਨਾਲ ਦੂਸਰੇ ਦਾ ਵੀ ਜਿਹੜਾ ਹੱਕ ਖਾਣਾ ਸ਼ੁਰੂ ਕਰ ਦਿੰਦੇ ਉਹਦੇ ਨਾਲ ਕਹਿੰਦੇ ਵੀ ਮੇਰਾ
मेरा जिहड़ा मन रूपी जिहड़ा शरीर आ ना, वह पिंजर जिहड़ा वह बन चुकिया आ, तो मेरा सारा मास जिहड़ा वह खाधा गया आ, मतलब वो जिहड़ियां मेरियां लालसावां मेरियां जिहड़ियां चिंतावां ने उन्होंने वो मेरा मेरे मन का सारा मास जिहड़ा आ वह खा लिया आ। तो फिर भी वेख लो भी मैनू अकल नहीं आई, मैनू फिर भी परमात्मा के जिहड़े आ वह दर्शन नहीं, मैं सच नहीं जाण सकिया। मेरा मैनू पता है भी मैं सारा अपना शरीर जिहड़ा खत्म कर लिया इन्हां चीज़ां दे विच, पर जिहड़ा आ साडे जिहड़े जिहड़ा साडे सोच है जिहड़ी सुरत आ ना वह जी परमात्मा नहीं लभ सकी। बाकी बब्बू मान की आवाज़ जी वो तो वाह कमाल से एक थान उत्ते आ गए, तो बिल्कुल ऐ मतलब नज़ारा लियाता है ना, वो शब्द तो है ही है ना वधिया। उस बेटे उन्होंने घर के हालात दिखाए गए इसे पिंजर शरीर की गल की है ना, पावर जो निकल के आया ਕਲਰ ਥੀਮ ਲਿਆ ਗਿਆ।